Assalamu alaikum ji, main toda apna host Darwaza ji. Same historical places of Pakistan, Khalsa Raj footsteps in Pakistan, Punjabi culture and heritage, aur khore sach santali de. Same historical places of Pakistan, like aaj main pahuncha hua pind Pari Darwaza. Pari Darwaza, Pari Darwaza, Pari Darwaza. ਇਹ ਦੋ ਤਿੰਨ ਨਾਵਾਂ ਤੋਂ ਉਹਨਾਂ ਨੂੰ ਜਾਣਿਆ ਜਾਂਦਾ, ਲੇਕਿਨ ਵਰਡ ਅਸਲ ਜਿਹੜਾ ਹੈ ਉਹ ਪੜੀ ਦਰਵੇਜ਼ਾ. ਪੜੀ ਦਰਵੇਜ਼ਾ ਦਰਵੇਸ਼ ਦੇ ਨਾਮ ਤੋਂ ਹੀ ਹੈ. ਪੜੀ ਜਿਹੜੀ ਹੈ ਪਠਵਾਰ ਲੈਂਗੁਏਜ ਦੇ ਵਿੱਚ, ਧਨੀ ਲਹਿਜੇ ਦੇ ਵਿੱਚ, ਜਿਲਮੀ ਲਹਿਜੇ ਦੇ ਵਿੱਚ, ਪੰਜਾਬੀ ਅੰਦਰ ਪੱਥਰ ਦੀ ਪੜੀ, ਜਿਹੜੀ ਪੱਥਰ ਦੀ ਸਿੱਲ ਹੁੰਦੀ ਹੈ ਉਹਨੂੰ ਪੜੀ ਕਿਹਾ ਜਾਂਦਾ ਹੈ. ਇਹਦੇ ਆਲ ਦੁਆਲੇ ਜਿਹੜੀ ਜਗ੍ਹਾ ਹੈ ਉੱਥੋਂ ਸੈਂਡ ਸਟੋਨ ਦੀ ਤੈਅਦਾਰ ਪੱਥਰ ਨਿਕਲਦੇ ਨੇ, ਇਸ ਵਾਸਤੇ ਇਸ ਜਗ੍ਹਾ ਨੂੰ ਪੜੀ. ਅੱਗੇ ਮੈਂ ਤਖ਼ਤ ਪੜੀ ਦਿਖਾਇਆ ਸੀ, ਹੁਣ ਇਹ ਪੜੀ ਦਰਵਾਜ਼ਾ ਦਿਖਾ ਰਿਹਾ ਵਾਂ. ਪੜੀ ਦਰਵਾਜ਼ਾ ਇਸ ਚੀਜ਼ ਦਾ ਜ਼ਿਕਰ ਕੀਤਾ ਸੀ ਮੇਰੇ ਨਾਲ ਗੁਰਪ੍ਰੀਤ ਆਨੰਦ ਜੀ ਨੇ, ਕਿ ਇੱਥੇ ਦੀ ਇੱਕ ਸਟੂਡੈਂਟ ਜਿਹੜੀ ਹੈ ਉਹ ਜਦੋਂ ਪਿੰਡੀ ਜਾਂਦੀ ਸੀ ਟਾਂਗੇ 'ਤੇ ਪੜ੍ਹਨ ਵਾਸਤੇ, ਕਿ ਆਲਮ ਹੁੰਦਾ ਹੋਏਗਾ ਇੱਥੋਂ ਇੰਨੀ ਦੂਰ ਪਿੰਡੀ ਹੈ, ਲੇਕਿਨ ਉਹਦੇ ਬਾਵਜੂਦ ਇਲਮ ਦਾ ਸ਼ੌਕ ਰੱਖਣ ਵਾਲੇ ਲੋਕ ਇੱਥੋਂ ਪੜ੍ਹਨ ਨਹੀਂ ਜਾਂਦੇ ਸਨ. ਅਤੇ ਉਹ ਟਾਂਗੇ ਦੇ ਉੱਤੇ ਜ਼ਿਕਰ ਕਰਦੀ ਹੈ ਆਪਣੇ ਇਲਾਕੇ ਦਾ, ਕਿਆ ਬਾਤ ਹੈ. ਮੈਂ ਇਹ ਪਿੱਛੇ ਜਿਹੜਾ ਗੇਟ ਤੁਹਾਨੂੰ ਸਫੈਦ ਨਜ਼ਰ ਆ ਰਿਹਾ ਹੈ, ਇਹ ਇੰਡੀਅਨ ਪ੍ਰਾਈਮ ਮਿਨਿਸਟਰ ਇੰਦਰ ਕੁਮਾਰ ਗੁਜਰਾਲ ਜੀ, ਜਿਹੜੇ 14th PM ਗੁਜ਼ਰੇ ਨੇ ਇੰਡੀਆ ਦੇ, ਇਹ ਉਹਨਾਂ ਦਾ ਘਰ ਹੈ ਔਰ ਇਹ ਉਹਨਾਂ ਦੀ ਹਵੇਲੀ, ਯਾਨੀ ਕਿ ਸੇਨ ਜਿਹੜਾ ਉਹ ਇਸ ਪਾਸੇ ਖੁੱਲਦਾ ਹੈ, ਲੇਕਿਨ ਘਰ ਦਾ ਜਿਹੜਾ ਮੇਨ ਦਰਵਾਜ਼ਾ ਉਹ ਅੱਗੇ ਹੈ. ਘਰ ਦੀ ਕੰਸਟਰਕਸ਼ਨ ਜਿਹੜੀ ਹੈ ਉਹ ਇੰਨੀ ਕੁ ਪੱਕੀ ਹੈ, ਓਰਿਜਨਲ ਸੈਂਡ ਸਟੋਨ ਦੇ ਨਾਲ ਬਣਿਆ ਹੋਇਆ, 18th century ਦਾ ਹੈ ਇਹ ਆਰਕੀਟੈਕਚਰ, ਯਾਨੀ ਕਿ ਲੇ ਅਰਲੀ 19th ਔਰ ਲੇਟ ਕਹਿ ਲਓ ਤੁਸੀਂ, ਤਾਂ ਇਹ ਉਸ ਵਕਤ ਦਾ ਹੈ ਔਰ ਕੱਚ ਚੂਨਾਗਿਰੀ ਦੇ ਨਾਲ ਸ਼ਾਹਕਾਰ ਜਿਹੜਾ ਤਾਮੀਰ ਹੋਇਆ ਔਰ ਅੱਜ ਤੱਕ ਇੱਕ ਇੱਟ ਵੀ ਇਹਦੀ ਜਿਹੜੀ ਹੈ ਉਹ ਨਹੀਂ ਹਿੱਲੀ ਹੈ. ਛੱਤਾਂ ਕਮਜ਼ੋਰ ਸਨ, ਖੈਰ ਚੇਂਜ ਹੋ ਗਈਆਂ, ਲੇਕਿਨ ਬਹੁਤ ਬਹੁਤ ਹੀ ਬਿਊਟੀਫੁੱਲ ਹੈ. ਮੈਨੂੰ ਬਹੁਤ ਪਸੰਦ ਆਇਆ ਕਿਉਂਕਿ ਰੀਅਲ ਇੱਟ ਦਾ ਸਾਈਜ਼ ਜਿਹੜਾ ਹੈ ਪੱਥਰ ਵਿੱਚ ਘੜਿਆ ਗਿਆ ਹੈ, ਔਰ ਸ਼ਾਇਦ ਤੁਹਾਨੂੰ ਘੱਟ ਹੀ ਘਰ ਇਸ ਤਰ੍ਹਾਂ ਦੇ ਦਿਸਣਗੇ ਕਿ ਜਿਹੜੀ ਇੱਟ ਸਾਈਜ਼ ਦੇ ਵਿੱਚ ਪੱਥਰ ਨੂੰ ਘੜ ਕੇ ਜਿਹੜਾ ਹੈ ਬਿਲਕੁਲ ਉਹ ਲਾਇਆ ਹੋਵੇ, ਜਿਹੜਾ ਜ਼ਿਲਮ ਦਾ ਲੋਕਲ ਸੈਂਡ ਸਟੋਨ ਹੈ ਉਹਦੇ ਵਿੱਚ ਬਣਿਆ ਹੋਵੇ. ਸਾਰੇ ਪਲੇਸਿਸ ਐਸੀਆਂ ਨੇ ਕਿ ਜਿਨ੍ਹਾਂ ਦੇ ਮਤਲਬ ਲੋਕ ਜਾਣਦੇ ਨਹੀਂ ਹੈ, ਜਾਂ ਲੋਕਾਂ ਨੂੰ ਇਸ ਚੀਜ਼ ਦੇ ਬਾਰੇ ਸ਼ਾਇਦ ਪਤਾ ਨਹੀਂ ਹੈ ਜਾਂ ਜਾਣਨਾ ਨਹੀਂ ਚਾਹੁੰਦੇ ਨੇ. ਠੀਕ ਹੈ, ਮੁਲਕ ਦੀਆਂ ਸਰਹੱਦਾਂ ਦਾ ਪਾਸ ਰੱਖਣਾ ਸਾਡਾ ਫਰਜ਼ ਹੈ ਔਰ ਉਹ ਅਸੀਂ ਹਰਦਮ ਮਰਦੇ ਦਮ ਤੱਕ ਰੱਖਾਂਗੇ, ਲੇਕਿਨ ਤਾਰੀਖ ਜਿਹੜੀ ਹੈ ਉਹਦੇ ਪੰਨਿਆਂ ਨੂੰ ਕਦੀ ਮਿਟਾਇਆ ਨਹੀਂ ਜਾ ਸਕਦਾ, ਪ੍ਰਾਇਮਰੀ ਸੋਰਸਿਸ ਨੂੰ ਕਦੀ ਖਤਮ ਨਹੀਂ ਕੀਤਾ ਜਾ ਸਕਦਾ. ਇਹੀ ਉਹ ਪਿੰਡ ਨੇ, ਇਸ ਪਿੰਡ ਨੂੰ ਇੰਨਾ ਭਾਗ ਹੈ ਕਿ ਇੱਥੋਂ ਪਾਕਿਸਤਾਨ ਦੇ ਇਸ ਹਿੱਸੇ ਵਿੱਚੋਂ ਦੋ ਪ੍ਰਾਈਮ ਮਿਨਿਸਟਰ, ਇੱਕ ਦਾ ਨਾਨਕਾ ਪਿੰਡ ਔਰ ਇੱਕ ਦਾ ਦਾਦਕਾ ਪਿੰਡ, ਯਾਨੀ ਕਿ ਇੱਕ ਮਦਰ ਸਾਈਡ ਤੋਂ ਔਰ ਇੱਕ ਦਾ ਗ੍ਰੈਂਡਫਾਦਰ ਸਾਈਡ ਦੇ ਤੋਂ, ਯਾਨੀ ਕਿ ਸਰਦਾਰ ਮਨਮੋਹਨ ਸਿੰਘ ਜੀ ਜਿਹੜੇ 10 ਸਾਲ ਤੱਕ PM ਰਹੇ ਨੇ ਆਪਣਾ ਹਮਸਾਏ ਮੁਲਕ ਭਾਰਤ ਦੇ ਜਾਂ ਇੰਡੀਆ ਦੇ, ਉਹਨਾਂ ਦਾ ਨਾਨਕਾ ਪਿੰਡ ਹੈ ਔਰ ਇਹਨਾਂ ਦਾ ਦਾਦਕਾ ਪਿੰਡ ਜਿਹੜਾ ਇੰਦਰ ਕੁਮਾਰ ਗੁਜਰਾਲ ਜਿਹੜੇ ਕਿ 14 PM ਗੁਜ਼ਰੇ ਨੇ, ਉਹਨਾਂ ਦਾ ਦਾਦਕਾ ਪਿੰਡ ਔਰ ਉਹਨਾਂ ਦਾ ਨਾਨਕਾ ਪਿੰਡ, ਮੀਨ 1906 ਦੇ ਵਿੱਚ ਇਹਨਾਂ ਦੇ ਦਾਦਾ ਜੀ ਜਿਹੜੇ ਨੇ ਇੱਥੋਂ ਇਹ ਪਿੰਡ ਛੱਡ ਕੇ ਚਲੇ ਜਾਂਦੇ ਨੇ, ਜ਼ਿਲਮ ਜਾ ਕੇ ਸ਼ਿਫਟ ਹੋ ਜਾਂਦੇ ਨੇ, ਤਾਲੀਮ ਬੱਚਿਆਂ ਨੂੰ ਦਿਵਾਉਣ ਦੀ ਖਾਤਰ ਜਾਂ ਅੱਗੇ ਹੋਰ ਜਿਹੜੇ ਪ੍ਰੋਬਲਮਸ ਹਨ, ਇੱਥੇ ਤਾਉਨ ਫੈਲਿਆ ਉਹਦੀ ਵਜ੍ਹਾ ਨਾਲ ਬਹੁਤ ਜ਼ਿਆਦਾ ਸਾਰੇ ਹਿੰਦੂ ਸਿੱਖ ਘਰਾਣੇ ਮੁਸਲਿਮ ਘਰਾਣੇ ਜਿਹੜੇ ਸੀ ਉਹ ਖਤਮ ਹੋ ਗਏ ਹਸਤੀ ਤੋਂ. ਇਹ ਦੇਖੋ ਤੁਸੀਂ ਕਿੰਨਾ ਖੂਬਸੂਰਤ ਇੱਕ ਚੀਜ਼ ਬਣੀ ਹੋਈ ਹੈ ਪੀਕੌਕ ਸਟਾਈਲ ਦੇ ਵਿੱਚ, ਜਿਹੜਾ ਇਹ ਇੱਕ ਹਲੇ ਤੱਕ ਜਿਹੜਾ ਓਰਿਜਿਨਲ ਬਾਕੀ ਹੈ, ਔਰ ਉਸ ਤੋਂ ਬਾਅਦ ਇਹ ਲੋਹੇ ਦੀਆਂ ਲੱਗੀਆਂ ਹੋਈਆਂ ਕਣੀਆਂ ਨੇ ਜਿਨ੍ਹਾਂ ਨੇ ਦਰਵਾਜ਼ੇ ਨੂੰ, ਔਰ ਦਰਵਾਜ਼ਾ ਇਹ ਬਹੁਤ ਉੱਚਾ ਸੀ ਲੇਕਿਨ ਇਹਦਾ ਫਰੇਮ ਜਿਹੜਾ ਉਹ ਆਹਿਸਤਾ ਆਹਿਸਤਾ ਖਤਮ ਹੋ ਗਿਆ ਕਿਉਂਕਿ ਇਹਦੀ ਛੱਤ ਗਿਰ ਗਈ ਸੀ. ਇਹ ਦੇਖੋ ਤੁਸੀਂ ਫੁਲਕਾਰੀ ਇੰਨੀ ਸੋਹਣੀ ਹੈ, ਦੇਖ ਕੇ ਹਲੇ ਵੀ ਮਤਲਬ ਕਿ ਦਿਲ ਖੁਸ਼ ਹੁੰਦਾ. ਇਸ ਪਾਸੋਂ ਦੇਖੋ ਤੁਸੀਂ, ਇਹ ਦੇਖੋ ਬਹੁਤ ਵਰਮਾ ਟੀਕ ਦੇ ਵਿੱਚ ਹੋ ਰਹੀਆਂ. ਇਹ ਦੇਖੋ ਖੂਬਸੂਰਤੀ ਦਾ ਕੀ ਆਲਮ ਹੋਏਗਾ ਜਦੋਂ ਇਹ 2 ਸਦੀਆਂ ਪਹਿਲੇ 18th century ਦੇ ਵਿੱਚ ਜਦੋਂ ਇਹ ਸ਼ਾਹਕਾਰ ਬਣਿਆ ਹੋਏਗਾ ਤਾਂ ਲੋਕ ਦੂਰੋਂ ਦੂਰੋਂ ਆ ਕੇ ਵੇਖਦੇ ਹੋਣ.
ਕਹਿੰਦੇ ਨੇ ਉਂਜੜੇ ਬਾਗਾਂ ਦੇ ਗਾਲੜ ਪਟਵਾਰੀ ਜਦੋਂ ਲੋਕ ਚਲੇ ਜਾਂਦੇ ਨੇ ਤਾਂ ਉਹਨਾਂ ਦੀਆਂ ਸਿਰਫ ਯਾਦਾਂ ਰਹਿ ਜਾਂਦੀਆਂ ਨੇ। ਇਹ ਦਰਵਾਜ਼ੇ ਨੂੰ ਕੋਈ ਸੋਚ ਸਮਝ ਕੇ ਖੜਕਾਉਂਦਾ ਹੋਇਆ ਅਤੇ ਅੱਜ ਜਿਹਦਾ ਦਿਲ ਕਰਦਾ ਉਹ ਆਉਂਦਾ, ਪਿਕਚਰਸ ਵੀ ਬਣਾਉਂਦਾ, ਵੀਡੀਓ ਵੀ ਕਰਦਾ, ਸਾਰਾ ਕੁਛ ਹੈ। ਲੇਕਿਨ ਇਹ ਸਿਰਫ ਇੱਕ ਹਿਸਟਰੀ ਦਾ ਪੰਨਾ ਨਹੀਂ ਬਲਕਿ ਇੱਕ ਖਾਸ ਪੰਨਾ ਹੈ। ਮੇਰੇ ਅੱਜ ਸਫ਼ਰ ਮੇਰੇ ਨਾਲ ਨੇ ਮਿਰਜ਼ਾ ਬੇਗ ਸਾਹਿਬ, ਇੱਕ ਘਰ ਦਾ ਇਹ ਰੂਮ ਹੈ ਔਰ ਇੱਕ ਰੂਮ ਹੈ, ਦੋਵਾਂ ਨੂੰ ਲੋਕ ਲੱਗਾ ਹੋਇਆ। ਉੱਤੇ ਜਿਹੜੀਆਂ ਨੇ ਇਹ ਡਿਉੜੀਆਂ ਬਣੀਆਂ ਹੋਈਆਂ ਨੇ, ਇੱਕ ਡਿਉੜੀ ਇਸ ਪਾਸੇ ਹੈ, ਇੱਕ ਡਿਉੜੀ ਇਸ ਪਾਸੇ ਹੈ। ਅਗਰ ਦੇਖਿਆ ਜਾਏ ਤਾਂ ਟੋਟਲ 4 ਰੂਮਸ, ਇੱਕ ਕਮਰੇ ਦੇ ਅੰਦਰ 4 ਕਮਰੇ ਨੇ। ਔਰ ਇਹ ਜਗ੍ਹਾ ਜਿਹੜੀ ਹੈ ਤੁਸੀਂ ਇਹਨਾਂ ਨੂੰ ਕਹਿ ਸਕਦੇ ਹੋ ਕਿ ਇਹ ਘਰ ਦਾ ਡਰਾਇੰਗ ਰੂਮ ਸੀ। ਕਿਉਂ ਡਰਾਇੰਗ ਰੂਮ ਕਿਉਂ ਕਹਿ ਰਿਹਾ ਵਾਂ ਕਿ ਇਹਦਾ ਇੱਕ ਤਾਂ ਗਲੀ ਦੇ ਵਿੱਚ ਹੈ ਔਰ ਉਸ ਤੋਂ ਬਾਅਦ ਦੇਖੋ ਤੁਸੀਂ ਇੰਡੀਅਨ ਮੂਵੀਜ਼ ਦੀ ਤਰ੍ਹਾਂ ਇੱਕ ਸੀੜੀ ਇੱਧਰੋਂ ਚੜ੍ਹ ਰਹੀ ਹੈ, ਇੱਕ ਸੀੜੀ ਇੱਧਰੋਂ ਚੜ੍ਹ ਰਹੀ ਹੈ। ਦੇਖੋ ਤੁਸੀਂ ਅੱਜ ਤੱਕ ਬਾਕੀ ਔਰ ਕੈਨੇਡਾ ਤੋਂ ਆਏ ਹੋਏ ਮੇਰੇ ਵੀਰ ਸੁਖਮੀਤ ਡੇਲੀਵਾਲ ਜੀ, ਸੁਖਦੀਪ ਤਾਲੀਵਾਲ, ਸੁਖਦੀਪ। ਅਤੇ ਅਸੀਂ ਅੱਜ ਖੋਜ 'ਤੇ ਨਿਕਲੇ ਹਾਂ, ਸਿੱਖ ਰਾਜ ਬਾਰੇ, ਖਾਲਸਾ ਰਾਜ ਬਾਰੇ ਨਿਕਲੇ ਹਾਂ ਦੇਖਣ ਵਾਸਤੇ ਚੀਜ਼ਾਂ। ਉਹ ਵਿਹੜਾ ਹੈ ਜਿੱਥੇ ਇੰਦਰ ਕੁਮਾਰ ਗੁਜਰਾਲ ਜੀ ਜਿਹੜੇ ਨੇ ਉਹਨਾਂ ਦੇ ਫੋਰ ਫਾਦਰਸ ਜਿਹੜੇ ਨੇ ਉਹਨਾਂ ਨੇ ਆਪਣਾ ਬਚਪਨ ਖੇਡਿਆ, ਬਚਪਨ ਗੁਜ਼ਾਰਿਆ ਇੱਥੇ ਔਰ ਕਈ ਯਾਦਾਂ ਜਿਹੜੀਆਂ ਨੇ ਲੈ ਕੇ ਗਏ ਹੋਣਗੇ। ਇਹਨਾਂ ਸੂਲਾਂ ਨੂੰ ਵੇਖ ਕੇ ਮੈਨੂੰ ਇੱਕ ਗੱਲ ਯਾਦ ਆਉਂਦੀ ਹੈ ਕਿ ਯਾਦਾਂ ਜਿਹੜੀਆਂ ਨੇ ਉਹ ਹਮੇਸ਼ਾ ਸੂਲਾਂ ਦੀਆਂ ਤਰ੍ਹਾਂ ਹੁੰਦੀਆਂ ਨੇ ਔਰ ਬੰਦੇ ਨੂੰ ਚੁੱਭਦੀਆਂ ਰਹਿੰਦੀਆਂ ਨੇ, ਲੇਕਿਨ ਕਦੇ ਕਦੇ ਯਾਦਾਂ ਮਿੱਠੀਆਂ ਹੁੰਦੀਆਂ ਨੇ ਔਰ ਕਦੇ ਕਦੇ ਯਾਦਾਂ ਜਿਹੜੀਆਂ ਨੇ ਖੋਰੀਆਂ ਹੁੰਦੀਆਂ ਨੇ। 47 ਜਿੱਥੇ ਬਹੁਤ ਜ਼ਿਆਦਾ ਸਾਰੇ ਲੋਕਾਂ ਨੂੰ ਆਜ਼ਾਦੀ ਦੇ ਕੇ ਗਿਆ, ਬਹੁਤ ਜ਼ਿਆਦਾ ਸਾਰੇ ਲੋਕਾਂ ਨੂੰ ਪ੍ਰੋਪਰਟੀਜ਼ ਮਿਲੀਆਂ, ਬਹੁਤ ਜ਼ਿਆਦਾ ਜਗ੍ਹਾ ਦੇ ਉੱਤੇ ਬਲੱਡਸ਼ੈੱਡ ਹੋਇਆ, ਖੂਨ ਖੁਆਰੀ ਹੋਈ। ਔਰ ਮੈਂ ਕਹਾਂਗਾ ਕਿ ਖੋਰੇ ਸੱਚ 47 ਦੇ ਅਗਰ ਚੈਪਟਰ ਅਸੀਂ ਖੋਲੀਏ ਤਾਂ ਉਹਦੇ ਵਿੱਚ ਇੱਕ ਅਹਿਮ ਚੈਪਟਰ ਜਿਹੜਾ ਸੀ ਇੱਥੋਂ ਦੇ ਜਾਣ ਵਾਲੇ ਲੋਕਾਂ ਦੇ ਬਾਰੇ ਹੈ ਕਿ ਉਹਨਾਂ ਦੇ ਇਮੋਸ਼ਨਸ, ਉਹਨਾਂ ਦੇ ਜਜ਼ਬਾਤ ਔਰ ਉਹਨਾਂ ਦਾ ਉਹ ਸਾਰਾ ਕੁਛ ਅੱਜ ਵੀ ਦੇਖ ਕੇ ਅੱਖਾਂ ਭਰ ਆਉਂਦੀਆਂ ਨੇ। ਡੈਫੀਨੇਟਲੀ ਲੋਕ ਜਿਹੜੇ ਉੱਧਰੋਂ ਗਏ, ਇੱਧਰੋਂ ਗਏ ਉੱਧਰ ਔਰ ਉੱਧਰੋਂ ਆਏ ਇੱਧਰ ਵਾਪਸ, ਸਾਰੇ ਪਾਸੇ ਹੀ ਇੱਕੋ ਜਿਹਾ ਹਾਲ ਸੀ। ਅੱਜ ਸੁਖਦੀਪ ਵੀਰ ਜੀ ਕੈਨੇਡਾ ਤੋਂ ਸਿਰਫ ਸਪੈਸ਼ਲੀ ਖਾਲਸਾ ਰਾਜ ਦੇ ਫੁੱਟਸਟੈਪਸ ਨੂੰ ਦੇਖਣ ਵਾਸਤੇ ਪਾਕਿਸਤਾਨ ਆਏ ਨੇ। ਅਸੀਂ ਇੰਨਾ ਐਕਸਪਲੋਰ ਕੀਤਾ ਹੈ, ਯੰਗ ਜਿਹੜੀ ਜਨਰੇਸ਼ਨ ਹੈ ਸਾਡੀ ਅੱਜ ਕੱਲ੍ਹ ਦੀ, ਉਹਨਾਂ ਨੇ ਇੰਨਾ ਇਸ ਚੀਜ਼ ਨੂੰ ਹਾਈਲਾਈਟ ਕੀਤਾ ਕਿ ਲੋਕ ਮਜਬੂਰ ਹੋ ਗਏ ਨੇ। ਇਸ ਵੀਕ ਦੇ ਅੰਦਰ ਅੰਦਰ ਹੀ ਮੇਰੇ ਗਰੁੱਪ ਦੇ ਜਿਹੜੇ ਨੇ 4 ਤੋਂ 5 ਮੈਂਬਰ ਜਿਹੜੇ ਨੇ ਪਾਕਿਸਤਾਨ ਆ ਗਏ ਨੇ ਸਿਰਫ ਔਰ ਸਿਰਫ ਖਾਲਸਾ ਰਾਜ ਫੁੱਟਸਟੈਪਸ ਨੂੰ ਦੇਖਣ ਵਾਸਤੇ। ਅਗਰ ਗੌਰਮੈਂਟ ਇਹਨਾਂ ਨੂੰ ਚੀਜ਼ਾਂ ਨੂੰ ਅੱਛੀ ਤਰ੍ਹਾਂ ਪ੍ਰਿਜ਼ਰਵ ਕਰੇ, ਨੋ ਡਾਊਟ ਮੈਂ ਸ਼ਰਤੀਆ ਤੌਰ 'ਤੇ ਕਹਿੰਦਾ ਵਾਂ ਘੱਟੋ ਘੱਟ 2 ਲੱਖ ਤੋਂ 4 ਲੱਖ ਲੋਕ ਜਿਹੜੇ ਨੇ ਐਵਰੀ ਈਅਰ ਦੇਖਣ ਵਾਸਤੇ ਇਹਨਾਂ ਸਪੋਟਾਂ ਨੂੰ ਪਹੁੰਚ ਸਕਦੇ ਨੇ। ਮੈਂ ਤੁਹਾਨੂੰ ਦਿਖਾ ਰਿਹਾ ਵਾਂ ਇੰਡੀਅਨ 14 PM ਇੰਦਰ ਕੁਮਾਰ ਗੁਜਰਾਲ ਜੀ ਦਾ ਘਰ, ਤਾਂ ਫਿਰ ਦੇਖਦੇ ਰਹੋ। ਸੇਵ ਹਿਸਟੋਰੀਕਲ ਪਲੇਸਿਸ ਆਫ ਪਾਕਿਸਤਾਨ, ਸੇਵ ਗੁਰਦੁਆਰਾਜ਼ ਐਂਡ ਟੈਂਪਲਸ ਆਫ ਪਾਕਿਸਤਾਨ, ਪੰਜਾਬੀ ਕਲਚਰ ਐਂਡ ਹੈਰੀਟੇਜ ਔਰ ਖੋਰੇ ਸੱਚ 47 ਦੇ। ਫਿਰ ਮਿਲਾਂਗਾ ਕਿਸੇ ਹੋਰ ਸੋਹਣੀ ਜਿਹੀ ਯਾਦ ਨੂੰ ਲੈ ਕੇ, ਤਾਂ ਦੇਖਦੇ ਰਹੋ ਯਾਰ ਆਪ ਲੋਕ।